ਜੇ ਹੁਣੇ ਹੁਣੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫਾਇਰ ਬ੍ਰਿਗੇਡ ਦਾ ਕਰਮਚਾਰੀ ਹੈ, ਤਾਂ ਉਹ ਸਿੰਘ ਵਾਲੀ ਸਾਈਡ ਜਾ ਰਿਹਾ ਡਿਊਟੀ ਆਪਦੀ ਔਫ ਕਰਕੇ, ਉਹ ਰਸਤੇ 'ਚ ਕੀ ਦੇਖਦਾ ਵੀ ਇੱਕ ਬੰਦੇ 'ਤੇ ਫਾਇਰ ਲੱਗਿਆ ਹੁੰਦਾ, ਉਹਦਾ ਨਾਮ ਨਵਦੀਪ ਸਿੰਘ ਸਾਨੂੰ ਮਨਜੀਤ ਸਿੰਘ ਪੁਰਾਣਾ ਮੋਗਾ, ਅਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ। ਫਾਇਰ ਇਹ ਤਾਂ ਡਾਕਟਰ ਸਾਹਿਬ ਦੱਸਣਗੇ ਕਿੰਨੇ ਆ ਜੀ, ਵੈਸੇ ਸੀਰੀਅਸ ਉਹਨੂੰ ਰੈਫਰ ਕਰਦਾ ਡਾਕਟਰ ਸਾਹਿਬ ਨੇ। ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ, ਅਤੇ ਵੀ ਆਪਾਂ ਬਰਾਤ ਜਾਣਾ, ਅਸੀਂ ਕਹਿੰਦਾ ਉੱਧਰੋਂ ਗੱਡੀ 3 ਨੰਬਰ ਚੁੰਗੀ ਦੀ ਸਾਈਡ ਕੋਲੋਂ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਏ ਸੀ। ਜਦੋਂ ਅਸੀਂ ਚੱਲੇ ਅਤੇ ਅੱਗੇ ਜਾ ਕੇ ਸਿੰਘਾਂ ਵਾਲੇ ਉਰਲੇ ਪਾਸੇ ਕਹਿੰਦੇ ਉਹਨਾਂ ਨੇ ਮੇਰੇ ਫਾਇਰ ਮਾਰੇ। ਕੰਮ ਡਰਾਈਵਰੀ ਕਰਦਾ ਹਜੇ ਨਹੀਂ ਪਤਾ, ਇਹਨਾਂ ਨੇ ਦੱਸਿਆ ਇਹ ਨਹੀਂ ਪਤਾ ਲੱਗਿਆ, ਲੱਗ ਜਾਂਦਾ ਪਤਾ ਅਤੇ ਉਹਨੂੰ ਫਸਟ ਏਡ ਦਿੱਤੀ ਹੈ ਅਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ, ਅੱਗੇ ਜੋ ਜੋ ਹੋਇਆ ਅੱਗੇ ਆ ਜਾਣਾ ਸਾਹਮਣੇ।